ਇਕੀਵ ਦੇ ਵਿਕਟਰੀ ਐਵੇਨਿਊ ਦੀਆਂ ਤਸਵੀਰਾਂ ਨੇ ਜਿੱਥੇ ਗੱਡੀ ਨੂੰ ਅੱਗ ਲੱਗੀ ਹੋਈ ਹੈ ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਪੰਜ ਤਮਾਕੇ ਹੋਏ ਨੇ ਇਸ ਦੇ ਇਲਾਵਾ ਬੈਰਿਸਟਿਕਾ ਮੈਟਰੋ ਸਟੇਸ਼ਨ ਤੇ ਵੀ ਫਾਇਰਿੰਗ ਹੋਈ ਹੈ ਵਿਸਪੋਰਟ ਅਤੇ ਗੋਲੀਆਂ ਚੱਲਣ ਦੇ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਕੁਝ ਲੋਕਾਂ ਨੇ ਮੈਟਰੋ ਸਟੇਸ਼ਨ ਦੇ ਵਿੱਚ ਸ਼ਰਨ ਲਈ ਹੋਈ ਸੀ ਉਸ ਨੂੰ ਸੁਰੱਖਿਆ ਥਾਂ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ਇਲਾਕੇ ਦੇ ਹਾਲੇ ਦੁਆਲੇ ਵੀ ਲਗਾਤਾਰ ਫਾਇਰਿੰਗ ਅਤੇ ਬੰਬ ਦੀਆਂ ਆਵਾਜ਼ਾਂ ਆ ਰਹੀਆਂ ਨੇ